ਅਸੀਂ ਜਾਣਦੇ ਹਾਂ ਮਾਸਟਰ ਕੈਡਰ ਦੀਆਂ ਪੋਸਟਾਂ ਆ ਰਹੀਆਂ ਨੇ ਫਿਜ਼ੀਕਲ ਐਜੂਕੇਸ਼ਨ ਦੀਆਂ, ਅਤੇ ਉਸਦੀ ਤਿਆਰੀ ਲਈ ਰਣਜੀਤ ਬੈਚ ਸ਼ੁਰੂ ਕਰਨ ਜਾ ਰਹੇ ਹਾਂ। ਕੱਲ੍ਹ ਤੋਂ ਫ੍ਰੀ ਆਫ ਕੋਸਟ ਕਲਾਸਿਸ ਲੱਗਣਗੀਆਂ, 15 ਦਿਨਾਂ ਦੀਆਂ ਫ੍ਰੀ ਕਲਾਸਿਸ ਨੇ। ਤੁਸੀਂ ਦੇਖ ਸਕਦੇ ਹੋ ਸਰ ਦੀ ਮਾਹਿਰਤਾ, ਦੇਖ ਸਕਦੇ ਹੋ ਐਕਸਪਰਟਨੈਸ, ਦੇਖ ਸਕਦੇ ਹੋ। ਮੈਂ ਚਾਹਾਂਗਾ ਸਰ ਬਰੀਫ। ਜੀ ਬਿਲਕੁਲ ਸਰ। ਸੋ ਫਿਜ਼ੀਕਲ ਐਜੂਕੇਸ਼ਨ ਮਾਸਟਰ ਕੈਡਰ DPE ਦਾ ਅਸੀਂ ਬੈਚ ਲਾਂਚ ਕਰਨ ਜਾ ਰਹੇ ਹਾਂ, ਜਿਹਦਾ ਨਾਮ ਹੈਗਾ ਰਣਜੀਤ ਬੈਚ। ਠੀਕ ਹੈ, ਰਣਜੀਤ ਦਾ ਮਤਲਬ ਕੀ ਹੈ, ਬੈਟਲ ਗਰਾਊਂਡ ਜਿਹੜੀ ਹੈਗੀ, ਜੰਗ ਦਾ ਮੈਦਾਨ ਆ, ਉਹਨੂੰ ਜਿੱਤਣਾ। ਠੀਕ ਹੈ, ਸੋ ਰਣਜੀਤ ਬੈਚ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਸੋ ਤੁਸੀਂ ਸਾਡੀ ਵੈਬਸਾਈਟ www.learntoactualize.com ਦੇ ਉੱਤੇ ਆਉਣਾ। ਠੀਕ ਹੈ, ਜਿੱਦਾਂ ਤੁਸੀਂ ਆਓਗੇ ਅਤੇ ਸੈਕਿੰਡ ਪੇਜ ਤੁਸੀਂ ਦੇਖ ਰਹੇ ਹੋ, ਇਹ ਸਾਡੇ ਬੈਚ ਦਾ ਇੰਟਰਫੇਸ ਤੁਹਾਨੂੰ ਦਿਖ ਰਿਹਾ ਇੱਥੇ। ਸੋ ਇੱਥੇ ਤੁਸੀਂ ਸਟਾਰਟ ਨਾਓ, ਸਟਾਰਟ ਯੋਰ ਟ੍ਰਾਇਲ ਨਾਓ, 15 ਦਿਨ ਦਾ ਅਸੀਂ ਟ੍ਰਾਇਲ ਦੇਣ ਜਾ ਰਹੇ ਹਾਂ। ਠੀਕ ਹੈ ਜੀ, ਜਿਹਦੇ ਵਿੱਚ ਤੁਸੀਂ ਸਾਡੀ ਕਲਾਸਿਸ, ਜੋ ਕੁਇਜ਼ਸ ਅਸੀਂ ਬਣਾਏ ਹੋਏ ਨੇ, ਠੀਕ ਹੈ ਜੀ, ਜੋ ਸਾਡੇ ਨੋਟਸ ਨੇ, ਠੀਕ ਹੈ ਜੀ, ਉਹ ਤੁਸੀਂ ਸਾਰਾ 15 ਦਿਨ ਵਾਸਤੇ ਉਹਨੂੰ ਐਜ਼ ਏ ਟ੍ਰਾਇਲ ਯੂਜ਼ ਕਰ ਸਕਦੇ ਹੋ। ਸੋ ਇਹ ਸਾਡਾ ਲੈਂਡਿੰਗ ਪੇਜ ਹੈਗਾ ਜੀ, ਇੱਥੇ ਜਾ ਕੇ, ਠੀਕ ਹੈ ਜੀ, ਇੱਥੇ ਤੁਸੀਂ ਆਈ ਵਾਂਟ ਟੂ ਜੁਆਇਨ ਇੱਥੇ ਕਲਿੱਕ ਕਰਨਾ। ਠੀਕ ਹੈ ਜੀ, ਉਸ ਤੋਂ ਪਹਿਲਾਂ ਮੈਂ ਆਪਣੇ ਬਾਰੇ ਥੋੜ੍ਹਾ ਜਿਹਾ ਦੱਸ ਦਿੰਦਾ ਤੁਹਾਨੂੰ। ਮੇਰਾ ਨਾਮ ਸਿਮਰਨਜੀਤ ਸਿੰਘ ਆ ਅਤੇ ਮੈਂ SGGS ਖਾਲਸਾ ਕਾਲਜ ਮਾਹਲਪੁਰ ਦੇ ਵਿੱਚ ਟੀਚ ਕਰ ਰਿਹਾ। ਇਸ ਤੋਂ ਇਲਾਵਾ ਮੈਂ 3 ਵਾਰੀ UGC ਨੈੱਟ ਕਲੀਅਰ ਕਰ ਚੁੱਕਾ ਜਨਰਲ ਕੈਟੇਗਰੀ ਦੇ ਵਿੱਚ, ਐਂਡ ਇਸ ਤੋਂ ਇਲਾਵਾ BPED ਕਰਨ ਤੋਂ ਬਾਅਦ ਮੈਂ NVS ਦਾ ਐਗਜ਼ਾਮ ਵੀ ਕਲੀਅਰ ਕੀਤਾ ਸੀ। DPE 168 ਦੇ ਵਿੱਚ ਮੇਰਾ 9th ਰੈਂਕ ਸੀਗਾ, ਅਤੇ ਇਸ ਤੋਂ ਇਲਾਵਾ PSTET 2 ਵੀ ਮੈਂ ਕਲੀਅਰ ਕੀਤਾ, ਅਤੇ ਉਸ ਤੋਂ ਇਲਾਵਾ ਬਹੁਤ ਸਾਰੇ ਇੰਟਰਨੈਸ਼ਨਲ ਸਰਟੀਫਿਕੇਸ਼ਨਸ ਵੀ ਕੀਤੇ ਹੋਏ ਨੇ ਮੈਂ। ਸੋ ਜਿੰਨਾ ਵੀ ਮੇਰਾ ਮਤਲਬ ਗਿਆਨ ਹੈਗਾ ਉਹ ਸਾਰਾ ਮੈਂ ਇਸ ਕੋਰਸ ਦੇ ਵਿੱਚ ਕੋਸ਼ਿਸ਼ ਕਰੂੰਗਾ ਕਿ ਉਹਨੂੰ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ। ਠੀਕ ਹੈ, ਤਾਂ ਕਿ ਤੁਹਾਡੀ ਜਿਹੜੀ ਪ੍ਰਿਪਰੇਸ਼ਨ ਆ ਉਹ ਚੰਗੇ ਤਰੀਕੇ ਨਾਲ। ਇੱਕ ਗੱਲ ਵਿੱਚ ਟੋਕ ਕੇ ਕਹਿ ਰਿਹਾ ਹਾਂ, ਮੈਂ ਬੜੇ ਇਨਸਾਨ ਦੇਖੇ ਨੇ ਫਿਜ਼ੀਕਲ ਐਜੂਕੇਸ਼ਨ ਦੇ। ਸੱਚ ਇਹ ਹੈ ਕਿ ਫਿਜ਼ੀਕਲ ਐਜੂਕੇਸ਼ਨ ਦਾ ਕੋਈ ਪਰਸਨ ਮੈਨੂੰ ਅਜਿਹਾ ਨਹੀਂ ਮਿਲਿਆ ਜਿਹੜਾ ਇੰਨਾ ਵੈਰਸਟਾਈਲ ਸੀ, ਔਰ ਕੰਪਿਊਟਰ ਸਕਿੱਲ, ਔਰ ਸਰ ਇੰਨੀ ਐਨੀਮੇਟਡ ਵੇ ਨਾਲ ਪੜ੍ਹਾਉਂਦੇ ਨੇ। ਰੀਅਲੀ ਇਹ ਕੋਈ ਪ੍ਰਮੋਸ਼ਨ ਲਈ ਨਹੀਂ ਕਹਿ ਰਿਹਾ, ਦਿਲੋਂ ਸਰ ਦੀ ਜੋ ਤਾਰੀਫ ਹੈ, ਇੱਕ ਅੱਛੇ ਇਨਸਾਨ ਦੀ, ਮੈਂ ਇਹਨਾਂ ਦੇ ਮੂੰਹ 'ਤੇ ਵੀ ਅੱਜ ਤੱਕ ਤਾਰੀਫ ਨਹੀਂ ਕੀਤੀ, ਪਰ ਰੀਅਲੀ ਇੱਕ ਅੱਛੇ ਟੀਚਰ ਨੇ, ਔਰ ਇਸ ਨੂੰ, ਇਸ ਕੰਟੈਂਟ ਨੂੰ ਤੁਹਾਡੇ ਸਾਹਮਣੇ ਇਸ ਤਰ੍ਹਾਂ ਲੈ ਕੇ ਆ ਰਹੇ ਨੇ ਜਿਸ ਤਰ੍ਹਾਂ ਬਹੁਤ ਹੀ ਰਿਚ ਕੰਪਨੀ ਸਾਰੇ ਰਿਸੋਰਸਿਸ ਲਗਾ ਦਿੰਦੀ ਹੈ ਉਸ ਨੂੰ ਇੱਕ ਵਧੀਆ ਫਿਲਮ ਦੇ ਵਾਂਗ। ਸੋ ਸਰ ਤੁਸੀਂ ਵੱਧ ਤੋਂ ਵੱਧ ਲੈ ਸਕਦੇ ਹੋ ਪਲੀਜ਼। ਸੋ ਸਾਡੇ ਲੈਂਡਿੰਗ ਪੇਜ 'ਤੇ ਆਉਣ ਤੋਂ ਬਾਅਦ ਤੁਸੀਂ ਇੱਥੇ ਕਲਿੱਕ ਕਰਨਾ, ਆਈ ਵਾਂਟ ਟੂ ਜੁਆਇਨ, ਇੱਥੇ ਕਲਿੱਕ ਕਰੋਗੇ ਇੱਕ ਹੋਰ ਟੈਬ ਖੁੱਲ ਜਾਏਗਾ। ਠੀਕ ਹੈ ਜੀ, ਹੁਣ ਐਨਰੋਲ ਕਰਨ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਇਸ ਕੋਰਸ ਦੇ ਵਿੱਚ ਕੀ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਸੋ ਪਹਿਲਾਂ ਆਪਾਂ ਗੱਲ ਕਰਦੇ ਹਾਂ, ਠੀਕ ਹੈ ਜੀ, ਇਸ ਕੋਰਸ ਦੇ ਵਿੱਚ ਤੁਹਾਨੂੰ ਲਾਈਵ ਲੈਕਚਰਸ ਦੇਖਣ ਨੂੰ ਮਿਲਣਗੇ। ਸੋ ਲਾਈਵ ਕਲਾਸ ਲੱਗੇਗੀ ਸਾਡੀ ਸ਼ਾਮੀ 8 ਵਜੇ, ਹੈ ਨਾ, ਸ਼ਾਮ ਕਦੀ ਰਾਤ ਹੀ ਹੋ ਜਾਂਦੀ। ਸੋ 8 ਵਜੇ ਰਾਤੀ ਲਾਈਵ ਕਲਾਸ ਲੱਗੇਗੀ ਸਾਡੀ। ਉਸ ਲਾਈਵ ਕਲਾਸ ਨੂੰ ਮੰਨ ਲਓ ਤੁਸੀਂ ਅਟੈਂਡ ਨਹੀਂ ਕਰ ਪਾਉਂਦੇ, ਹੈ ਨਾ, ਤੁਸੀਂ ਕਿਹਾ ਕਿ ਮੈਨੂੰ ਕੋਈ, ਮੈਂ ਬਿਜ਼ੀ ਹਾਂ, ਥੋੜ੍ਹਾ ਕੋਈ ਕੰਮ ਪੈ ਗਿਆ, ਅਤੇ ਤੁਸੀਂ ਉਸ ਲਾਈਵ ਕਲਾਸ ਨੂੰ ਅਟੈਂਡ ਨਹੀਂ ਕਰ ਪਾਏ, ਤੁਸੀਂ ਉਹਦਾ ਰਿਕਾਰਡਡ ਲੈਕਚਰ ਦੇਖ ਸਕਦੇ ਹੋ। ਸੋ ਲਾਈਵ ਕਲਾਸ ਦਾ ਰਿਕਾਰਡਡ ਲੈਕਚਰ ਤੁਹਾਨੂੰ ਅਵੇਲੇਬਲ ਹੋ ਜਾਏਗਾ। ਉਸ ਤੋਂ ਬਾਅਦ ਤੁਹਾਨੂੰ PDF ਨੋਟਸ, ਬਹੁਤ ਹੀ ਵਧੀਆ ਵਧੀਆ ਨੋਟਸ ਮੈਂ ਬਣਾ ਰਿਹਾ ਅਤੇ ਕੁਝ ਬਣ ਚੁੱਕੇ ਨੇ, ਉਹ ਤੁਹਾਨੂੰ ਮਿਲਣਗੇ। ਇਸ ਤੋਂ ਇਲਾਵਾ ਕੁਝ ਅਸਾਈਨਮੈਂਟਸ ਦੂੰਗਾ ਤੁਹਾਨੂੰ ਮੈਂ ਇਹਦੇ ਵਿੱਚ, ਠੀਕ ਹੈ ਜੀ, ਉਹ ਤੁਸੀਂ ਕਰਨੀਆਂ ਨੇ। ਦੈਨ ਪ੍ਰੀਮੀਅਮ ਕੁਆਲਿਟੀ ਕੁਸ਼ਚਨਸ, ਵੈਰੀ ਇੰਪੋਰਟੈਂਟ। ਸੋ ਇਹ ਪ੍ਰੀਮੀਅਮ ਕੁਆਲਿਟੀ ਕੁਸ਼ਚਨ ਜਿੱਦਾਂ ਤੁਸੀਂ ਇੱਕ ਲੈਕਚਰ ਲਗਾਇਆ, ਠੀਕ ਹੈ, ਮੰਨ ਲਓ ਕੱਲ੍ਹ ਥੋੜ੍ਹਾ ਲੈਕਚਰ ਆਪਾਂ ਸ਼ੁਰੂ ਕਰਨਾ ਹੈ ਐਕਸੀਅਲ ਐਂਡ ਅਪੈਂਡੀਕੁਲਰ ਸਕੈਲੇਟਲ ਦੇ ਉੱਤੇ, ਤੁਸੀਂ ਲੈਕਚਰ ਲਗਾਇਆ, ਉਸ ਤੋਂ ਬਾਅਦ ਤੁਹਾਨੂੰ 25-30 ਕੁਸ਼ਚਨ ਦੇਖਣ ਨੂੰ ਮਿਲਣਗੇ ਜੋ ਤੁਹਾਨੂੰ ਪੜ੍ਹਾਇਆ, ਠੀਕ ਹੈ, ਉਹਦੇ 'ਤੇ ਹੀ ਤੁਹਾਨੂੰ ਕੁਸ਼ਚਨ ਦੇਖਣ ਨੂੰ ਮਿਲਣਗੇ। ਸਾਨੂੰ ਪਤਾ ਲੱਗੇਗਾ ਕਿ ਤੁਹਾਡੀ ਲਰਨਿੰਗ ਕਿੰਨੀ ਹੋਈ, ਤੁਹਾਨੂੰ ਪਤਾ ਲੱਗੇਗਾ ਕਿ ਜਿਹੜਾ ਅਸੀਂ ਪੜ੍ਹਾਇਆ ਹੈ ਨਾ, ਉਹ ਕਿੰਨਾ ਕੁ ਤੁਹਾਨੂੰ ਸਮਝ ਆਇਆ।
ਸੋ ਉਸ ਤੋਂ ਬਾਦ ਟੈਸਟ ਸੀਰੀਜ਼ ਹੋਏਗੀ। ਟੈਸਟ ਸੀਰੀਜ਼ ਦੇ ਵਿੱਚ 5000 ਤੋਂ ਜ਼ਿਆਦਾ ਕੁਸ਼ਚਨਸ ਤੁਹਾਨੂੰ ਦੇਖਣ ਨੂੰ ਮਿਲਣਗੇ, ਜਿੰਨੇ ਵੀ ਅਦਰ ਸਟੇਟਸ ਨੇ ਜਿੱਦਾਂ ਇਗਜ਼ਾਮ ਹੁੰਦੇ, ਲਾਈਕ ਯੂਪੀ ਦੇ ਇਗਜ਼ਾਮ ਹੈ, ਹਰਿਆਣਾ ਦਾ ਇਗਜ਼ਾਮ ਹੋਏ ਨੇ, ਹੈ ਨਾ, ਫਿਜ਼ੀਕਲ ਐਜੂਕੇਸ਼ਨ ਦੇ, ਚਾਹੇ ਉਹ ਪੀ ਜੀ ਟੀ ਲੈਵਲ ਹੈ, ਚਾਹੇ ਟੀ ਜੀ ਟੀ ਲੈਵਲ ਹੈ, ਚਾਹੇ ਦਿੱਲੀ ਦੇ ਇਗਜ਼ਾਮ ਹੈ, ਚਾਹੇ ਸੈਂਟਰ ਲੈਵਲ ਦੇ ਇਗਜ਼ਾਮ ਨੇ, ਕੇ ਵੀ ਐੱਸ, ਐੱਨ ਵੀ ਐੱਸ, ਚਾਹੇ ਪੰਜਾਬ ਦੇ ਜਿਹੜੇ ਪਿਛਲੇ ਇਗਜ਼ਾਮ ਹੋਏ ਨੇ, ਉਹ ਸਭ ਤੁਹਾਨੂੰ ਦੇਖਣ ਨੂੰ ਮਿਲਣਗੇ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕੁਸ਼ਚਨਸ, ਵਧੀਆ ਵਧੀਆ ਕੁਸ਼ਚਨਸ ਤੁਹਾਡੇ ਲਈ ਆਪਾਂ ਲੱਭ ਕੇ ਲੈ ਕੇ ਆਏ ਹਾਂ, ਅਤੇ ਕੁਛ ਬਣਾ ਵੀ ਰਹੇ ਹਾਂ ਆਪਾਂ ਕੁਸ਼ਚਨਸ, ਉਹ ਵੀ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੇ। ਇਸ ਤੋਂ ਇਲਾਵਾ 10 ਮੌਕ ਟੈਸਟ ਤੁਹਾਨੂੰ ਦੇਖਣ ਨੂੰ ਮਿਲਣਗੇ। ਸੋ ਇੱਕ ਕੁਸ਼ਚਨ ਤੁਹਾਡੇ ਦਿਮਾਗ ਦੇ ਵਿੱਚ ਆਏਗਾ ਕਿ ਯਾਰ ਹਾਲੇ ਤਾਂ ਮਾਸਟਰ ਕੇਡਰ ਦੀਆਂ ਪੋਸਟਾਂ ਆਈ ਨਹੀਂ ਹੈਗੀਆਂ, ਹੈ ਨਾ, ਅਤੇ ਮੈਂ ਕਿਉਂ ਹੁਣ ਜੁਆਇਨ ਕਰਾਂ ਇਸ ਕੋਰਸ ਨੂੰ। ਸੋ ਮੈਂ ਇਹ ਕਹਿਣਾ ਚਾਹੂੰਗਾ ਕਿ ਜਿਹੜੀ ਤੁਹਾਡੀ ਤਿਆਰੀ ਆ ਉਹ ਹੁਣੇ ਤੋਂ ਹੀ ਸਟਾਰਟ ਕਰ ਦਿਉ। ਮੰਨ ਲਓ ਇਗਜ਼ਾਮ ਸਾਲ ਬਾਅਦ ਹੁੰਦਾ ਹੈ, ਜੇ ਅੱਜ ਤੁਸੀਂ ਤਿਆਰੀ ਕਰੋਗੇ, ਹੈ ਨਾ, ਅਤੇ ਤੁਹਾਡੇ ਕੋਲ ਚਾਂਸ ਜ਼ਿਆਦਾ ਹੈਗਾ ਹੈ ਸਿਲੈਕਸ਼ਨ ਦਾ। ਅੱਜ ਤੁਸੀਂ ਤਿਆਰੀ ਕਰਨੀ ਸ਼ੁਰੂ ਕਰੋ, 4-5 ਮਹੀਨੇ ਦੇ ਵਿੱਚ ਸਿਲੇਬਸ ਕੰਪਲੀਟ ਹੋਏਗਾ, 2-3 ਵਾਰ ਦੀ ਰਿਵੀਜ਼ਨ ਕਰੋ, ਕੁਸ਼ਚਨਸ ਲਗਾਓ, ਤੁਹਾਨੂੰ ਕੌਨਫੀਡੈਂਸ ਆਏਗਾ। ਸੋ ਅੱਜ ਹੀ ਜੁਆਇਨ ਕਰਨਾ ਜ਼ਰੂਰੀ ਹੈਗਾ। ਇਹ ਨਹੀਂ ਸੋਚਣਾ ਕਿ ਯਾਰ ਜਦੋਂ ਪੋਸਟਾਂ ਆਉਣਗੀਆਂ ਉਦੋਂ ਕੋਰਸ ਬਾਏ ਕਰਾਂਗੇ, ਉਦੋਂ ਤਿਆਰੀ ਸ਼ੁਰੂ ਕਰਾਂਗੇ। ਕੋਰਸ ਬਾਏ ਕਰਨਾ ਕਰੋ, ਨਹੀਂ ਕਰਨਾ ਕੋਈ ਚੱਕਰ ਨਹੀਂ ਹੈਗਾ, ਠੀਕ ਹੈ। ਮੈਂ ਤੁਹਾਨੂੰ ਇਹੀ ਗਾਈਡ ਕਰਨਾ ਚਾਹੁੰਦਾ ਕਿ ਤਿਆਰੀ ਆਪਣੀ ਅੱਜ ਤੋਂ ਹੀ ਸਟਾਰਟ ਕਰ ਦਿਉ। ਉਸ ਤੋਂ ਇਲਾਵਾ ਐਕਸਕਲੂਸਿਵ ਫੀਚਰਸ ਕੀ ਨੇ, ਐਕਸਪਰਟ ਟ੍ਰਿਕਸ ਐਂਡ ਸਟ੍ਰੈਟਜੀਸ, ਤੁਹਾਨੂੰ ਆਪਾਂ ਕੁਛ ਸਟ੍ਰੈਟਜੀਸ ਦੱਸਾਂਗੇ। ਮੰਨ ਲਓ ਕਿ ਤੁਹਾਨੂੰ ਕੁਸ਼ਚਨ ਨਹੀਂ ਆ ਰਿਹਾ ਕੋਈ, ਹੈ ਨਾ, ਇਗਜ਼ਾਮ ਦੇ ਵਿੱਚ ਕੁਸ਼ਚਨ ਕਿਤੋਂ ਪੁੱਛ ਲਿਆ, ਸੋ ਕਿੱਦਾਂ ਆਪਾਂ ਗੈਸ ਵਰਕ ਦੇ ਨਾਲ ਉਸ ਕੁਸ਼ਚਨ ਨੂੰ ਸਹੀ ਕਰਨਾ ਹੈਗਾ। ਦੈਨ ਲਾਈਵ ਪੋਡਕਾਸਟ, ਹੈ ਨਾ, ਲਾਈਵ ਪੋਡਕਾਸਟ ਦੇ ਵਿੱਚ ਸਾਡੇ ਜਿਹੜੇ ਐਕਸਪਰਟਸ ਹੋਣਗੇ, ਜਿੱਦਾਂ ਤੀਰਥ ਸਰ ਹੈਗੇ ਨੇ, ਹੋਰ ਕੁਛ ਮੇਰੇ ਜਾਣ ਪਛਾਣ ਦੇ ਵਿੱਚ ਕਈ ਹੈਗੇ ਨੇ ਐਕਸਪਰਟਸ, ਉਹਨਾਂ ਨਾਲ ਆਪਾਂ ਕੁਛ ਲਾਈਵ ਪੋਡਕਾਸਟ ਕਰਾਂਗੇ, ਠੀਕ ਹੈ, ਜਿਹਦੇ ਵਿੱਚ ਇਸ ਇਗਜ਼ਾਮ ਨੂੰ ਕਿੱਦਾਂ ਕਲੀਅਰ ਕੀਤਾ ਜਾ ਸਕਦਾ, ਠੀਕ ਹੈ। ਕੁਛ ਮੇਰੇ ਕਲੀਗਸ ਵੀ ਨੇ ਜਿਨ੍ਹਾਂ ਦਾ ਇਹ ਇਗਜ਼ਾਮ ਹੋਇਆ, ਉਹਨਾਂ ਦੀ ਵੀ ਆਪਾਂ ਸਟ੍ਰੈਟਜੀਸ ਨੂੰ ਇੱਥੇ ਲੈ ਕੇ ਆਵਾਂਗੇ। ਉਸ ਤੋਂ ਬਾਅਦ ਇੰਡੀਵਿਜੁਅਲਾਈਜ਼ਡ ਕੋਚਿੰਗ, ਤੁਹਾਨੂੰ ਕੋਈ ਡਾਊਟ ਆ ਰਿਹਾ ਹੈ, ਹੈ ਨਾ, ਤੁਹਾਨੂੰ ਕੋਈ ਡਾਊਟ ਆ ਰਿਹਾ, ਤੁਸੀਂ ਪੁੱਛਣਾ ਚਾਹੁੰਦੇ ਹੋ, ਅਤੇ ਤੁਸੀਂ ਮੈਨੂੰ ਕਿਸੇ ਟਾਈਮ ਵੀ ਮਤਲਬ ਫੋਨ ਕਰਕੇ ਜਾਂ ਈਮੇਲ ਕਰਕੇ ਤੁਸੀਂ ਉਹ ਡਾਊਟ ਪੁੱਛ ਸਕਦੇ ਹੋ। ਇੱਥੇ ਡਾਊਟ ਸੈਕਸ਼ਨ ਵੀ ਹੋਏਗਾ, ਉੱਥੇ ਵੀ ਤੁਸੀਂ ਆਪਣਾ ਡਾਊਟ ਅਪਲੋਡ ਕਰ ਸਕਦੇ ਹੋ, ਅਤੇ ਤੁਹਾਡੇ ਡਾਊਟ ਨੂੰ ਜਲਦੀ ਤੋਂ ਜਲਦੀ ਕਲੀਅਰ ਕੀਤਾ ਜਾਏਗਾ, ਠੀਕ ਹੈ। ਇਸ ਤੋਂ ਇਲਾਵਾ ਇਨ ਡੈਪਥ ਸਿਲੇਬਸ ਕਵਰੇਜ, ਜੋ ਸਿਲੇਬਸ ਹੈਗਾ ਉਹਨੂੰ ਤਾਂ ਕਵਰ ਕਰਨਾ ਹੀ ਕਰਨਾ ਹੈ, ਉਸ ਤੋਂ ਇਲਾਵਾ ਕੁਝ ਚੀਜ਼ਾਂ ਸਿਲੇਬਸ ਦੇ ਵਿੱਚ ਨਹੀਂ ਮੈਨਸ਼ਨ ਹੁੰਦੀਆਂ, ਉਹਨਾਂ ਨੂੰ ਵੀ ਆਪਾਂ ਕਵਰ ਕਰਕੇ ਜਾਣਾ ਹੈ। ਸੋ ਮੈਂ ਇੱਥੇ ਸੈਕਸ਼ਨ ਬਣਾਏ ਹੋਏ ਨੇ, ਠੀਕ ਹੈ। ਸਭ ਤੋਂ ਪਹਿਲਾਂ ਸਾਡੇ ਕੋਲ ਕਿਨਸੀਓਲੋਜੀ ਬਾਇਓ ਮਕੈਨਿਕਸ ਦਾ ਸੈਕਸ਼ਨ ਆ ਜਾਏਗਾ, ਪਹਿਲਾਂ ਆਪਾਂ ਇਹਨੂੰ ਸ਼ੁਰੂ ਕਰਾਂਗੇ। ਦੈਨ ਸੈਕਸ਼ਨ 2 ਹਿਸਟਰੀ ਆਫ ਫਿਜ਼ੀਕਲ ਐਜੂਕੇਸ਼ਨ, ਠੀਕ ਹੈ, ਜੋ ਵੀ ਵਰਲਡ ਹਿਸਟਰੀ ਆ ਫਿਜ਼ੀਕਲ ਐਜੂਕੇਸ਼ਨ ਦੀ, ਇੰਡੀਆ ਦੀ ਹਿਸਟਰੀ ਆ, ਪ੍ਰੀ ਇੰਡੀਪੈਂਡੈਂਸ, ਪੋਸਟ ਇੰਡੀਪੈਂਡੈਂਸ, ਬਾਕੀ ਗੇਮਸ ਆ ਗਈਆਂ, ਏਸ਼ੀਅਨ ਗੇਮਸ, ਕਾਮਨਵੈਲਥ ਗੇਮਸ, ਹੈ ਨਾ, ਓਲੰਪਿਕ ਗੇਮਸ, ਈਚ ਐਂਡ ਐਵਰੀ ਆਸਪੈਕਟ ਆਪਾਂ ਕਵਰ ਕਰਾਂਗੇ ਹਿਸਟਰੀ ਆਫ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ। ਦੈਨ ਐਨਾਟਮੀ ਐਂਡ ਫਿਜ਼ੀਓਲੋਜੀ, ਬੜਾ ਹੀ ਬੱਚਿਆਂ ਨੂੰ ਔਖਾ ਲੱਗਦਾ, ਲੇਕਿਨ ਇੰਨੇ ਸਿੰਪਲ ਤਰੀਕੇ ਨਾਲ ਤੁਹਾਨੂੰ ਕਰਾਊਂਗਾ, ਮਜ਼ਾਕ ਹੋ ਜਾਏਗਾ। ਇਗਜ਼ਾਮ ਦੇ ਵਿੱਚ ਤੁਸੀਂ ਜਾਓਗੇ ਨਾ, ਮਤਲਬ ਕੁਸ਼ਚਨਸ ਮਜ਼ਾਕ ਲੱਗਣਗੇ ਤੁਹਾਨੂੰ। ਉਸ ਤੋਂ ਇਲਾਵਾ ਐਕਸਰਸਾਈਜ਼ ਫਿਜ਼ੀਓਲੋਜੀ ਦਾ ਪਾਰਟ ਵੀ ਕਵਰ ਕਰਾਂਗੇ, ਠੀਕ ਹੈ, ਜਿੱਥੇ ਜਿੱਥੇ ਜ਼ਰੂਰਤ ਹੈਗੀ ਆ। ਦੈਨ ਸਪੋਰਟਸ ਸਾਈਕੋਲੋਜੀ ਕਰਾਵਾਂਗੇ, ਦੈਨ ਸਪੋਰਟਸ ਸਾਈਕੋਲੋਜੀ ਵਾ ਹੈਲਥ ਐਜੂਕੇਸ਼ਨ, ਸਪੋਰਟਸ ਮੈਡੀਸਨ, ਟੈਸਟ ਐਂਡ ਮੈਜ਼ਰਮੈਂਟ ਇਹਦੇ ਵਿੱਚ ਨਹੀਂ ਹੈਗਾ ਸਿਲੇਬਸ ਦੇ ਵਿੱਚ ਮਾਸਟਰ ਕੇਡਰ ਦੇ, ਬਟ ਆਪਾਂ ਕਰਨਾ ਹੈ, ਕੁਸ਼ਚਨ ਆ ਸਕਦਾ ਹੈ। ਉਸ ਤੋਂ ਇਲਾਵਾ ਯੋਗਾ, ਐਥਲੈਟਿਕਸ ਐਂਡ ਗੇਮਸ ਐਂਡ ਸਪੋਰਟਸ, ਠੀਕ ਹੈ, ਟਰੈਕ ਐਂਡ ਫੀਲਡ ਆ ਗਿਆ, ਉਹਦੇ ਰੂਲਸ ਐਂਡ ਰੈਗੂਲੇਸ਼ਨਸ, ਉਹਦੀਆਂ ਡਾਇਮੈਂਸ਼ਨਸ, ਲਾਈਕ ਬਾਸਕਿਟਬਾਲ ਆ ਗਈ, ਫੁੱਟਬਾਲ ਆ ਗਈ, ਜਿੰਨੀਆਂ ਵੀ ਗੇਮਸ ਨੇ, ਚਾਹੇ ਉਹ ਟੀਮ ਗੇਮਸ ਨੇ, ਚਾਹੇ ਉਹ ਇੰਡੀਵਿਜੁਅਲਾਈਜ਼ਡ ਗੇਮ ਨੇ, ਉਹਨਾਂ ਸਾਰਿਆਂ ਬਾਰੇ ਆਪਾਂ ਗੱਲ ਕਰਾਂਗੇ। ਦੈਨ ICT, ਇਨਫੋਰਮੇਸ਼ਨ ਕਮਿਊਨੀਕੇਸ਼ਨ ਐਂਡ ਟੈਕਨੋਲੋਜੀ, ਕੰਪਿਊਟਰ ਦੇ ਰਿਲੇਟਡ ਕੁਸ਼ਚਨਸ ਆ ਜਾਂਦੇ, ਪਿਛਲੀ ਵਾਰੀ ਵੀ 2-3 ਕੁਸ਼ਚਨਸ ਆਏ ਨੇ, ਠੀਕ ਹੈ, ਉਹਦੇ ਬਾਰੇ ਵੀ ਆਪਾਂ ਇਹਨੂੰ ਵੀ ਕਵਰ ਕਰਾਂਗੇ। ਦੈਨ ਮਿਸਲੇਨੀਅਸ, ਮਿਸਲੇਨੀਅਸ ਦੇ ਵਿੱਚ ਕੀ ਚੀਜ਼ਾਂ ਰਹਿਣਗੀਆਂ ਜੋ ਸਿਲੇਬਸ ਦੇ ਵਿੱਚ ਨਹੀਂ ਹੈਗੀਆਂ, ਹੈ ਨਾ, ਲਾਈਕ ਸਪੋਰਟਸ ਮੈਨੇਜਮੈਂਟ ਨਹੀਂ ਹੈਗੀ, ਕੁਛ ਉਹਦੇ ਟੋਪਿਕਸ ਕਵਰ ਕਰਾਂਗੇ,
ਲਾਈਕ ਆਪਾਂ ਜੇ ਗੱਲ ਕਰੀਏ ਟੂਰਨਾਮੈਂਟ ਸਿਲੇਬਸ ਦੇ ਵਿੱਚ ਹੈਗੇ ਨੇ, ਠੀਕ ਹੈ ਜੀ, ਉਹਨੂੰ ਆਪਾਂ ਮਿਸਲੀਨੀਅਸ ਦੇ ਵਿੱਚ ਪਾ ਦਿੱਤਾ ਹੈਗਾ, ਠੀਕ ਹੈ। ਸੋ ਇੱਦਾਂ ਦੇ ਟੋਪਿਕਸ ਆਪਾਂ ਮਿਸਲੀਨੀਅਸ ਦੇ ਵਿੱਚ ਪਾ ਦਿੱਤੇ ਹੈਗੇ। ਸੋ ਇਹ ਤੁਹਾਡਾ ਪੂਰਾ ਇੱਕ ਕੋਰਸ ਦਾ ਸਟਰਕਚਰ ਹੈਗਾ, ਠੀਕ ਹੈ। ਇਸ ਤੋਂ ਇਲਾਵਾ ਹੁਣ ਆਪਾਂ ਗੱਲ ਕਰਦੇ ਹਾਂ ਕਿ ਐਨਰੋਲ ਕਿਵੇਂ ਕਰਨਾ ਹੈ, ਮੁੱਦੇ ਦੀ ਗੱਲ ਕਰਦੇ ਹਾਂ, ਐਨਰੋਲ ਕਿਵੇਂ ਕਰਨਾ। ਇੱਥੇ ਜਾਣਾ ਤੁਸੀਂ ਐਨਰੋਲ ਫੋਰ ਫਰੀ, ਠੀਕ ਹੈ। ਇੱਥੇ ਕਲਿੱਕ ਕਰੋਗੇ ਐਨਰੋਲ ਫੋਰ ਫਰੀ, ਅਤੇ ਤੁਸੀਂ ਲਾਈਕ ਮੈਂ ਇੱਥੇ ਕਲਿੱਕ ਕੀਤਾ, ਇਹ ਆ ਗਿਆ ਇੱਕ ਇੰਟਰਫੇਸ ਆ ਗਿਆ ਜਿੱਥੇ ਲਿਖਿਆ ਕ੍ਰੀਏਟ ਯੋਰ ਅਕਾਊਂਟ। ਇੱਥੇ ਤੁਸੀਂ ਸਾਈਨਅਪ ਕਰਨਾ ਹੈ। ਸਾਈਨਅਪ ਕਰਨ ਲਈ ਕੀ ਕਰਨਾ ਹੈ, ਇੱਥੇ ਤੁਸੀਂ ਆਪਣੀ ਈਮੇਲ ਆਈਡੀ ਪਾ ਦੇਣੀ ਹੈ। ਸੋ ਇੱਥੇ ਮੈਂ ਇੱਕ ਈਮੇਲ ਆਈਡੀ ਫਿਲ ਕਰ ਦਿੱਤੀ ਹੈ, ਤੁਸੀਂ ਆਪਣੀ ਈਮੇਲ ਆਈਡੀ ਫਿਲ ਕਰ ਲਿਓ। ਉਸ ਤੋਂ ਬਾਅਦ ਇੱਕ ਤੁਸੀਂ ਪਾਸਵਰਡ ਕ੍ਰੀਏਟ ਕਰ ਲੈਣਾ, ਠੀਕ ਹੈ, ਕੁਛ ਵੀ ਪਾਸਵਰਡ ਤੁਸੀਂ ਰੱਖ ਸਕਦੇ ਹੋ। ਦੈਨ ਇੱਥੇ ਸਾਈਨਅਪ 'ਤੇ ਆਪਾਂ ਕਲਿੱਕ ਕਰ ਦੇਣਾ। ਸੋ ਜਿਵੇਂ ਤੁਸੀਂ ਸਾਈਨਅਪ 'ਤੇ ਕਲਿੱਕ ਕਰੋਗੇ, ਇੱਥੇ ਲਿਖਿਆ ਹਾਈ ਮੋਹਨ ਸਿੰਘ BBK, ਕੋਂਗਰੈਚੁਲੇਸ਼ਨ, ਯੂ ਹੈਵ ਸਕਸੈਸਫੁਲੀ ਐਨਰੋਲਡ ਇਨ ਅਵਰ ਕੋਰਸ, ਗੈਟ ਰੈਡੀ ਫੋਰ ਏ ਜਰਨੀ ਆਫ ਹੈਪੀ ਲਰਨਿੰਗ ਅਹੈਡ। ਸੋ ਇੱਥੇ ਕਰ ਦੇਣਾ ਆਪਾਂ ਸਟਾਰਟ ਲਰਨਿੰਗ। ਸੋ ਇੱਦਾਂ ਦਾ ਕੁਛ ਇੰਟਰਫੇਸ ਆ ਜਾਣਾ, ਠੀਕ ਹੈ ਜੀ। ਇਹਦੇ ਵਿੱਚ ਤੁਸੀਂ ਦੇਖੋ ਕਿ ਸਭ ਤੋਂ ਪਹਿਲਾਂ ਕਿਨਸੀਓਲੋਜੀ ਬਾਇਓਮਕੈਨਿਕਸ ਦਾ ਸੈਕਸ਼ਨ ਹੈਗਾ, ਇੱਥੇ ਤੁਹਾਨੂੰ ਲਾਈਵ ਲੈਸਨ, ਠੀਕ ਹੈ, ਜਿਹੜਾ ਲੈਕਚਰ ਹੋਏਗਾ ਉਹ ਇੱਥੇ ਆ ਜਾਏਗਾ। ਦੈਨ ਆਹ ਤੁਸੀਂ ਦੇਖ ਲਓ ਡਿਵੀਜ਼ਨਸ ਆਫ ਹਿਊਮਨ ਬਾਡੀ, ਠੀਕ ਹੈ, ਇਹਦੀ PDF ਇੱਦਾਂ ਓਪਨ ਹੋ ਜਾਣੀ ਹੈ, ਠੀਕ ਹੈ। ਸੋ ਇੱਦਾਂ ਤੁਸੀਂ ਓਪਨ ਕਰ ਸਕਦੇ ਹੋ, ਇਹ PDFs ਨੇ। ਐਂਡ ਮੈਂ ਇੱਕ ਚੀਜ਼ ਦੱਸਣਾ ਚਾਹੂੰਗਾ ਕਿ ਜਿਹੜੀ PDFs ਤੁਹਾਨੂੰ ਮਿਲਣਗੀਆਂ ਉਹ ਬਾਇਲਿੰਗੁਅਲ ਹੋਣਗੀਆਂ, ਮਤਲਬ ਉਹ ਇੰਗਲਿਸ਼ ਦੇ ਵਿੱਚ ਵੀ ਹੋਣਗੀਆਂ ਅਤੇ ਪੰਜਾਬੀ ਦੇ ਵਿੱਚ ਵੀ ਹੋਣਗੀਆਂ, ਜਿਵੇਂ ਕਿ ਤੁਹਾਨੂੰ ਮੈਂ ਦਿਖਾ ਦਿੰਦਾ ਇੱਧਰ, ਠੀਕ ਹੈ। ਸੋ ਬਾਇਲਿੰਗੁਅਲ ਹੋਣਗੀਆਂ, ਲਾਈਕ ਇਹਨੂੰ ਮੈਂ ਮੈਕਸੀਮਾਈਜ਼ ਕਰ ਲੈਂਦਾ, ਇੱਥੋਂ ਮੈਕਸੀਮਾਈਜ਼ ਕਰ ਲੈਂਦੇ, ਠੀਕ ਹੈ। ਸੋ ਇੱਦਾਂ ਕੁਛ PDFs ਹੋਣਗੀਆਂ, ਠੀਕ ਹੈ ਜੀ, ਵਧੀਆ ਵਧੀਆ PDFs, ਇਹ ਮੈਂ ਖੁਦ ਕ੍ਰੀਏਟ ਕੀਤੀਆਂ ਹੋਈਆਂ ਨੇ, ਬੜੀ ਮਿਹਨਤ ਲੱਗਦੀ ਹੈ ਇੱਦਾਂ ਦੀ PDFs ਬਣਾਉਣ ਲਈ, ਠੀਕ ਹੈ ਜੀ। ਇਹ ਪਹਿਲਾਂ ਇੰਗਲਿਸ਼ ਦੇ ਵਿੱਚ ਆ, ਉਸ ਤੋਂ ਬਾਅਦ ਇਹ ਤੁਹਾਨੂੰ ਆ ਵੇਖੋ ਪੰਜਾਬੀ ਦੇ ਵਿੱਚ ਮਿਲ ਜਾਏਗੀ, ਠੀਕ ਹੈ ਜੀ। ਇਹਦੀ ਤੁਸੀਂ ਮਾਰਕਿੰਗ ਕਰਨੀ ਆ, ਤੁਹਾਨੂੰ ਮੈਂ ਪੜ੍ਹਾਊਂਗਾ ਇਹ ਚੀਜ਼ਾਂ, ਤੁਸੀਂ ਮਾਰਕਿੰਗ ਕਰਨੀ ਹੈਗੀ ਹੈ ਇਹਦੀ। ਸੋ ਇੱਦਾਂ ਦਾ ਕੁਛ ਇੰਟਰਫੇਸ ਹੋਏਗਾ ਕੋਰਸ ਦਾ, ਠੀਕ ਹੈ ਜੀ। ਸੋ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਕੋਰਸ ਹੈ, ਠੀਕ ਹੈ ਜੀ, ਉਹ ਬਾਇਲਿੰਗੁਅਲ ਚੱਲੇਗਾ, ਠੀਕ ਹੈ। ਬਾਇਲਿੰਗੁਅਲ ਦਾ ਮਤਲਬ ਕੀ ਹੈਗਾ, ਬਾਇਲਿੰਗੁਅਲ ਦਾ ਮਤਲਬ ਹੈ ਕਿ ਅੰਗਰੇਜ਼ੀ ਦੇ ਵਿੱਚ ਵੀ ਅਤੇ ਪੰਜਾਬੀ ਦੇ ਵਿੱਚ, ਅਤੇ ਤੁਹਾਨੂੰ ਇੱਦਾਂ ਨਹੀਂ ਲੱਗੇਗਾ ਬਿਲਕੁਲ ਕਿ ਤੁਸੀਂ ਕਲਾਸਰੂਮ ਦੇ ਵਿੱਚ ਨਹੀਂ ਬੈਠੇ, ਠੀਕ ਹੈ। ਤੁਸੀਂ ਕਿਸੇ ਟਾਈਮ ਵੀ ਤੁਹਾਨੂੰ ਕੋਈ ਡਾਊਟ ਆ ਰਿਹਾ, ਤੁਸੀਂ ਨਾਲ ਹੀ ਆਪਣਾ ਹੈਂਡ ਰੇਸ ਕਰਕੇ ਮੇਰੇ ਨਾਲ ਲਾਈਵ ਲੈਕਚਰ ਦੇ ਵਿੱਚ ਸਿੱਧੀ ਗੱਲ ਕਰ ਸਕਦੇ ਹੋ। ਸੋ ਬਹੁਤ ਅੱਛੇ ਤਰੀਕੇ ਨਾਲ ਅਸੀਂ ਤੁਹਾਡੀ ਤਿਆਰੀ ਕਰਵਾਵਾਂਗੇ ਮਾਸਟਰ ਕੈਡਰ ਫਿਜ਼ੀਕਲ ਐਜੂਕੇਸ਼ਨ DPE ਵਾਸਤੇ। ਸੋ ਹੁਣੇ ਹੀ ਐਨਰੋਲ ਕਰੋ ਸਾਡੇ ਇਸ ਕੋਰਸ ਦੇ ਵਿੱਚ, ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਜਾ ਕੇ ਜੁਆਇਨ ਕਰ ਸਕਦੇ ਹੋ। ਟਿਲ ਦੈਨ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।